ਦਿੱਲੀ ਦੇ ਤੁਗਲਕਾਬਾਦ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਮੰਦਰ ਤੋੜੇ ਜਾਣ 'ਤੇ ਪ੍ਰਤੀਕਰਮ ਦਿੰਦਿਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਦਿੱਲੀ ਦੇ ਤੁਗਲਕਾਬਾਦ ਖੇਤਰ ਵਿੱਚ ਭਗਤ ਰਵਿਦਾਸ ਜੀ ਦਾ ਪੁਰਾਤਨ ਅਤੇ ਇਤਿਹਾਸਕ ਮੰਦਰ ਤੋੜਨਾ ਬਹੁਤ ਹੀ ਮੰਦਭਾਗੀ ਘਟਨਾ ਹੈ। ਇਸ ਨਾਲ ਕਰੋੜਾਂ ਲੋਕਾਂ ਦੀ ਆਸਥਾ ਨੂੰ ਠੇਸ ਪਹੁੰਚੀ ਹੈ। ਸਰਕਾਰ ਦੀ ਮੱਧਕਾਲੀ ਹਮਲਾਵਰ ਰਾਜਸੀ ਮਾਨਸਿਕਤਾ ਨੇ ਪ੍ਰਗਟ ਹੋ ਕੇ ਧੱਕੇਸ਼ਾਹੀ ਨਾਲ ਭਗਤ ਰਵਿਦਾਸ ਜੀ ਦਾ ਮੰਦਰ ਤੋੜਿਆ, ਜਿਸ ਨੂੰ ਦੱਬਿਆ ਕੁਚਲਿਆ ਸਮਾਜ ਸਹਿਣ ਨਹੀਂ ਕਰੇਗਾ। ਮੱਧਕਾਲ ਵਿੱਚ ਨਿਮਨ ਵਰਗ ਲਈ ਕਾਨੂੰਨ ਹੋਰ ਸੀ ਅਤੇ ਉੱਚਕਾਲੀਨ ਵਰਗ ਲਈ ਕਾਨੂੰਨ ਹੋਰ ਸਨ। ਵਰਤਮਾਨ ਕਾਲ ਵਿੱਚ ਵੀ ਲੋੜ ਅਤੇ ਪ੍ਰਸਥਿਤੀਆਂ ਅਨੁਸਾਰ ਦੋਨਾਂ ਵਰਗਾਂ ਲਈ ਵੱਖ ਵੱਖ ਕਾਨੂੰਨਾਂ ਨੂੰ ਅਮਲ ਵਿੱਚ ਲਿਆਂਦਾ ਜਾਂਦਾ ਹੈ। 1984 ਸ਼੍ਰੀ ਅਕਾਲ ਤਖ਼ਤ ਸਾਹਿਬ ਢਾਉਣਾ, 1992 ਵਿੱਚ ਬਾਬਰੀ ਮਸਜਿਦ ਤੋੜਨਾ ਅਤੇ ਹੁਣ ਭਗਤ ਰਵਿਦਾਸ ਜੀ ਦਾ ਮੰਦਰ ਤੋੜਨਾ, ਅਜਿਹੇ ਲੜੀਵਾਰ ਹਮਲੇ ਨੇ ਜਿਨ੍ਹਾਂ ਦੀ ਘੱਟ ਗਿਣਤੀਆਂ ਅਤੇ ਦਬੇ ਕੁਚਲੇ ਵਰਗ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਦੂਸਰੇ ਰਾਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾਇਆ ਗਿਆ। ਸਿੱਕਮ ਵਿੱਚ ਗੁਰੂ ਡਾਂਗਮਾਰ ਗੁਰਦੁਆਰਾ ਅਤੇ ਹਰਿਦੁਆਰ ਵਿੱਚ ਗਿਆਨ ਗੋਦਰੀ ਗੁਰਦੁਆਰਾ ਤੋੜ ਕੇ ਇਹਨਾਂ ਇਤਿਹਾਸਕ ਗੁਰਦੁਆਰਿਆਂ ਦੀ ਥਾਵਾਂ ਉੱਤੇ ਕਬਜ਼ੇ ਕਰਨ ਦੀਆਂ ਮੰਦਭਾਗੀ ਘਟਨਾਵਾਂ ਨੂੰ ਅਮਲ ਵਿੱਚ ਪਹਿਲਾਂ ਹੀ ਲਿਆਂਦਾ ਜਾ ਚੁੱਕਿਆ। ਭਾਰਤ ਅੰਦਰ ਜਾਇਜ਼ ਨਜਾਇਜ਼ ਜ਼ਮੀਨਾਂ ਉੱਤੇ ਲੱਖਾਂ ਦੀ ਗਿਣਤੀ ਵਿੱਚ ਧਾਰਮਿਕ ਸਥਾਨ ਬਣੇ ਹੋਏ ਨੇ। ਇਹਨਾਂ ਧਾਰਮਿਕ ਸਥਾਨਾਂ ਦੀ ਜ਼ਮੀਨ ਦੀ ਮਾਲਕੀਅਤ ਸੰਬੰਧੀ ਸਰਕਾਰਾਂ ਅਤੇ ਅਦਾਲਤਾਂ ਵੱਲੋਂ ਜੋ ਦੋਹਰੇ ਮਾਪਦੰਡ ਅਪਣਾ ਕੇ ਘੱਟ ਗਿਣਤੀ ਅਤੇ ਦਬੇ ਕੁਚਲੇ ਵਰਗਾਂ ਨੂੰ ਦਬਾਉਣ ਦੇ ਯਤਨ ਆਰੰਭੇ ਹੋਏ ਨੇ। ਇਹ ਦੋਹਰੇ ਮਾਪਦੰਡ ਦੇ ਯਤਨ ਤੁਰੰਤ ਬੰਦ ਹੋਣੇ ਚਾਹੀਦੇ ਨੇ। ਇੱਕ ਤਰਫ ਸਰਕਾਰੀ ਮਸ਼ੀਨਰੀ ਜ਼ਬਰਦਸਤੀ ਗਰੀਬ ਸਮਾਜ ਦੇ ਮੰਦਰ ਜਾਂ ਹੋਰ ਧਾਰਮਿਕ ਸਥਾਨ ਤੋੜ ਰਹੀ ਹੈ, ਉੱਥੇ ਦੂਸਰੀ ਤਰਫ ਉਹੀ ਸਰਕਾਰੀ ਮਸ਼ੀਨਰੀ ਕੁਲੀਨ ਅਤੇ ਬਹੁਗਿਣਤੀ ਵਰਗ ਦੇ ਮੰਦਰ ਉਸਾਰਨ ਲਈ ਪੱਪਾ ਭਰ ਹੋ ਜਾਂਦੀ ਹੈ। ਭਾਰਤ ਅੰਦਰ ਸਦੀਆਂ ਤੋਂ ਤਾਕਤਵਰ ਰਾਜਨੀਤਿਕ ਧਿਰਾਂ ਵੱਲੋਂ ਐਸੀ ਘੱਟ ਗਿਣਤੀਆਂ ਅਤੇ ਆਦਿਵਾਸੀ ਵਰਗਾਂ ਨਾਲ ਇਹ ਵਿਤਕਰਾ ਹੁੰਦਾ ਹੈ। ਇਹ ਵਿਤਕਰਾ ਵਰਤਮਾਨ ਵਿੱਚ ਵੀ ਹੋ ਰਿਹਾ ਹੈ। ਦਿੱਲੀ ਵਿੱਚ ਮੰਦਰ ਤੋੜਨ ਦੀ ਘਟਨਾ ਨੇ ਇੱਕ ਵਾਰ ਫਿਰ ਅਹਿਸਾਸ ਕਰਵਾ ਦਿੱਤਾ ਹੈ ਕਿ ਸਮਾਜਿਕ ਤੌਰ ਉੱਤੇ ਪਛੜੇ ਵਰਗਾਂ ਲਈ ਇੱਥੇ ਸਦੀਆਂ ਪਹਿਲਾਂ ਵਾਲੀ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਹੈ। ਦਿੱਲੀ ਸਰਕਾਰ ਤੁਰੰਤ ਮੰਦਰ ਵਾਲੀ ਜ਼ਮੀਨ ਅਤੇ ਇਸ ਦੀ ਮਲਕੀਅਤ ਰਵਿਦਾਸੀ ਭਾਈਚਾਰੇ ਹਵਾਲੇ ਕਰਕੇ ਗਲਤੀ ਲਈ ਮੁਆਫ਼ੀ ਮੰਗੇ। ਕਾਨੂੰਨੀ ਰਾਜ ਪ੍ਰਬੰਧ ਨੂੰ ਤਿਆਗ ਕੇ ਅਮਲ ਵਿੱਚ ਨਹੀਂ ਲਿਆਂਦਾ ਜਾ ਰਿਹਾ। ਬਹੁਗਿਣਤੀ ਵਾਲੇ ਕਾਨੂੰਨ ਰਾਹੀਂ ਘੱਟ ਗਿਣਤੀਆਂ ਦਲਿਤਾਂ ਅਤੇ ਆਦਿਵਾਸੀਆਂ ਸਮੂਹਿਕ ਭਾਈਚਾਰਿਆਂ ਜਾਂ ਵਰਗਾਂ ਨੂੰ ਉਹਨਾਂ ਦੀਆਂ ਇਤਿਹਾਸਕ ਅਤੇ ਪਿੱਤਰ ਜਾਇਦਾਦਾਂ ਤੋਂ ਬੇਦਖਲ ਕਰਕੇ ਤਬਾਹ ਕਰਨ ਦਾ ਆਰੰਭਿਆ ਅਮਲ ਤੁਰੰਤ ਰੋਕਣਾ ਚਾਹੀਦਾ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।